ਪੌੜੀ ਦੇਖਣ ਚੰਡ ਜਿਹੜਾ ਮੰਨ ਜਾਂਦਾ ਦੁਬਾਰਾ ਨੀ ਬੋਲਦਾ ਹੁੰਦਾ ਚਰਚਾ ਚ ਬਾਹਰ ਹੋ ਜਾਂਦਾ। ਇਹਨਾਂ ਦੇ ਜਿਹੜੇ ਮਰੀ ਜਾਂਦੇ ਨੇ ਚਰਚਾ ਚ ਤਾਂ ਨਿਕਲੀ ਜਾਂਦੇ ਨੇ ਉਹ। ਜਿੰਨੇ ਬੰਦੇ ਲੜਾਈ ਚ ਮਰ ਗਏ ਲੜਾਈ ਤੋਂ ਬਾਹਰ ਹੋ ਗਏ ਉਹ, ਇਹ ਹੈ ਮਤਲਬ ਆ ਉਹ ਚਰਚਾ ਤੋਂ ਹੀ ਬਾਹਰ ਹੋ ਗਏ, ਉਹਨਾਂ ਦੇ ਸਵਾਲ ਖਤਮ ਹੋ ਗਏ। ਪਹਿਲੇ ਮਰੇ ਤੋਂ ਪਾਛੇ ਪਾਏ, ਇਹ ਉੱਥੇ ਦੀ ਗੱਲ ਹੈ। ਜਿਹੜੇ ਮਰ ਜਾਂਦੇ ਨੇ ਉਹ ਪਿੱਛੇ ਗਏ, ਪਿੱਛੇ ਜਾ ਖੜੇ ਹੋ, ਉਹ ਕਹਿੰਦੇ ਵੀ ਅਸੀਂ ਨਹੀਂ ਗੱਲ ਕਰ ਸਕਦੇ। ਉਹ ਠੀਕ ਕਹਿੰਦੇ, ਉਹਨਾਂ ਦੀ ਬਲਕਿ ਵੋਟ ਇੱਧਰ ਆ ਗਈ, ਉਹਨਾਂ ਦੀ ਵੋਟ ਇੱਧਰ ਆ ਗਈ ਵੀ ਠੀਕ ਕਹਿੰਦੇ ਨੇ ਭਾਈ, ਇਹ ਠੀਕ ਕਹਿੰਦੇ ਨੇ। ਇਹ ਵੀ ਆਊ ਭਾਈਆਂ ਵਾਲਣ ਭਾਈ ਦੁਰਗਾ ਜਾਣਕਾ, ਇੱਥੇ ਇੱਕ ਪੰਕਤੀ ਆਉਣੀ ਹੈ ਗਾਹਾਂ, ਭਾਈਆਂ ਨੂੰ ਭਾਈ ਵਿਰੁੱਧ ਕਰਨ ਲੱਗੇ, ਭਾਈ ਇਹ ਗੱਲ ਠੀਕ ਕਹਿ ਰਹੇ ਨੇ। ਦੁਰਗਾ ਨੂੰ ਜਦ ਜਾਣ ਲਿਆ ਨਾ, ਸੱਚ ਜਾਣ ਲਿਆ ਗੁਰਮੁਖ ਦਾ, ਉਹ ਕਹਿੰਦੇ ਗੱਲ ਠੀਕ ਹੈ, ਆਪਣੀ ਗਲਤੀ ਹੈ। ਸਹਿਮਤ ਹੋ ਗਏ ਭਾਈਆਂ ਮਾਨ, ਉਹਨਾਂ ਦੇ ਵਿਰੋਧੀ ਹੋ ਗਏ। ਇੱਥੇ ਪੰਕਤੀ ਆਊਗੀ ਅੱਗੇ, ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ। ਪ੍ਰਚੰਡ ਰੂਪ ਹੋ ਗਿਆ ਚੰਡੀ ਦਾ, ਹੁਣ ਦੇਖਣ ਵਾਸਤੇ ਉਹ ਪ੍ਰਚੰਡ ਰੂਪ ਦੇਖਣ ਵਾਸਤੇ ਦੋਵੇਂ ਦਿਨ ਦੀ ਗੱਲ ਹੈ। ਫਿਰ ਪਹਿਲੇ ਦਿਨ ਵਾਲੀ ਲੜਾਈ ਖਤਮ ਹੋ ਗਈ, ਦੂਆ ਦਿਨ ਫਿਰ ਆ ਗਿਆ ਚਰਚਾ ਦਾ। ਦੇਖਣ ਚੰਡ ਪ੍ਰਚੰਡ ਨੂੰ ਹੋਰ ਆਦਮੀ ਆਏ ਦੇਖਣ ਚਰਚਾ, ਪਤਾ ਲੱਗਿਆ ਨਾ ਵੀ ਐਂ ਹੋਈ ਗੱਲ, ਫਲਾਣੇ ਫਲਾਣੇ ਨੇ ਕਿਹਾ। ਦੂਏ ਦਿਨ ਫਿਰ ਆ ਗਿਆ, ਫਿਰ ਰਣ ਘੋਰੇ ਨਗਾਰੇ, ਫਿਰ ਨਗਾਰੇ ਉਵੇਂ ਬਚ ਕੇ ਆਏ ਆਪਣੇ ਚੜਕ ਦੋਹਾਂ ਪਾਸਿਆਂ ਤੋਂ। ਹਾਂਜੀ, ਧਾਏ ਰਾਖਸ਼ ਰੋਹਲੇ ਚੌ ਗਿਰਦੇ ਭਾਰੇ। ਹੋਰ ਰੋਹ ਨਾ ਆਏ ਜਿਹੜੇ ਬਚ ਗਏ, ਤਕੜੇ ਤਕੜੇ ਬਚ ਗਏ, ਹੋਰ ਤਿਆਰੀ ਕਰਕੇ ਆਏ ਪੂਰੀ, ਰੋਹਲੇ ਰੋਹ ਚ ਹੋ ਕੇ ਆਏ, ਕੁਛ ਨਵੇਂ ਵਰਸ਼ਨ ਲੈ ਕੇ ਆਏ, ਕੋਈ ਨਵੇਂ ਪੜ੍ਹ ਕੇ ਆਏ, ਕੋਈ ਨਵੀਆਂ ਵਿਚਾਰਾਂ ਕਰਕੇ ਆਏ, ਕੋਈ ਨਵੇਂ ਬੰਦੇ ਆਏ। ਚੌਗਿਰਦੇ ਭਾਰੇ, ਚੌਗਿਰਦੇ ਆਏ ਤਕੜੇ ਤਕੜੇ, ਭਾਰੇ ਭਾਰੇ, ਜਿਹਨਾਂ ਕੋਲ ਵਜ਼ਨ ਜ਼ਿਆਦਾ ਤਕੜੇ ਸੀ ਉਹ ਆਏ, ਉਹ ਜਿਹੜੇ ਬਾਕੀ ਫੌਜਾਂ ਫੌਜਾਂ ਨਹੀਂ ਆਈਆਂ, ਛੋਟੇ ਸੀ ਉਹ ਨਹੀਂ ਆਏ, ਤਕੜੇ ਤਕੜੇ ਆਏ। ਹੱਥੀ ਤੇਗਾਂ ਪਕੜ ਕੇ ਰਣ ਭਿੜੇ ਕਰਾਰੇ। ਆਪਣੀ ਆਪਣੀ ਬੁੱਧੀ ਦੀ ਲੜਾਈ ਲੜੇ ਨੇ ਉਹਨੇ, ਜੋ ਉਹਨਾਂ ਦੇ ਕੋਲ ਸੀ, ਪੂਰੀ ਅਕਲ ਦੀ ਲੜਾਈ ਲੜੇ ਨੇ, ਤੇਗਾਂ ਪਕੜ ਕੇ ਰਣ ਭਿੜੇ ਕਰਾਰੇ, ਬੁੱਧੀ ਰਣ ਭਿੜੇ ਕਰਾਰੇ, ਚੰਗੇ ਤਗੜੇ ਉਹਨਾਂ ਨੇ ਉਧਰ ਉਹਦੀ ਵਾਰ ਕੀਤੇ, ਆਪਣੇ ਆਪਣੇ ਚੰਗੇ ਵਾਰ ਕੀਤੇ ਉਹਨਾਂ ਨੇ, ਕਰਾਰੇ ਤਕੜੇ ਹੋ ਗਏ ਭਿੜੇ, ਕਦੇ ਨਾ ਸਵਾਲ ਵੀ ਕੀਤੇ ਤਕੜੇ ਹੋ ਗਏ। ਸਵਾਲ ਵੀ ਵਾਰ ਇਹ ਹੁੰਦਾ, ਜੇ ਸਵਾਲ ਕਰਦੇ ਨੇ ਬੁੱਧੀ ਤੋਂ ਉਹ ਵੀ ਵਾਰ ਇਹ ਹੁੰਦਾ, ਇਹ ਸਵਾਲ ਇਹ ਕਰਦੇ ਨੇ, ਇਹ ਕਾਲੇ ਫਾਰਨੇ ਨੇ ਦੱਸਿਆ ਤਾਂ ਉਹਦੇ ਸਵਾਲ ਹੀ ਕੀਤੇ ਨੇ, ਦੱਸਿਆ ਕੁਛ ਨੀ ਹੈ, ਗਿਆਨ ਨੀ ਕਰਾਇਆ। ਇਹ ਸਾਰੇ ਵਿਦਵਾਨ ਸਵਾਲ ਇਹਨਾਂ ਕੋਲ, ਜਵਾਬ ਤਾਂ ਇੱਕ ਵੀ ਨਹੀਂ ਕਿਸੇ ਦਾ, ਸਵਾਲ ਨੇ, ਦੱਸੋ ਮੈਂ ਕਿੱਥੋਂ ਗਲਤ ਕੀਤਾ, ਤੈਨੂੰ ਪਤਾ ਨੀ ਸਾਰੇ ਤੇ ਗਲਤ ਹੈ, ਤੂੰ ਦੱਸ ਠੀਕ ਕੀ ਹੈ, ਪਰੂਫ ਕਰ, ਤੈਨੂੰ ਕੀ ਗਲਤੀ ਦੱਸੇ, ਸਾਰਾ ਹੀ ਗਲਤ ਹੈ, ਜਿਹੜਾ ਕੋਈ ਇੱਕ ਅੱਧੀ ਗਲਤੀ ਹੋਵੇ ਦੱਸ ਦੇਵੇ, ਸਾਰਾ ਹੀ ਗਲਤ ਹੈ ਤਾਂ ਤੈਨੂੰ ਜਵਾਬ ਕੀ ਦੇਵੇ, ਤਾਂ ਦਸ ਕਿਤਾਬਾਂ ਲਿਖੇ, ਕੋਈ ਵਿਹਲਾ ਆਦਮੀ ਹੈ ਜਿਹੜਾ ਦਸ ਲਿਖੇ ਕਿਤਾਬਾਂ, ਤੈਨੂੰ ਇੱਕ ਦੱਸਤਾ ਵੀ ਜਿਹਨੂੰ ਇਹ ਨਹੀਂ ਪਤਾ ਪਤਾਸੇ ਵਾਲਾ ਮਿੱਠਾ ਨਾਮ ਦਾ ਮਿੱਠਾ ਅੱਡ ਅੱਡ ਹੁੰਦਾ, ਉਹ ਮਨ ਨੂੰ ਮਿੱਠਾ ਲੱਗਣਾ, ਆਤਮਾ ਨੂੰ ਮਿੱਠਾ ਲੱਗਣ ਦੀ ਗੱਲ ਹੈ, ਉਹ ਹੈ ਮੂੰਹ ਨੂੰ ਮਿੱਠਾ ਲੱਗਣ ਦੀ ਗੱਲ ਹੈ, ਸਰੀਰ ਦਾ ਮਿੱਠਾ, ਇੱਕ ਸਰੀਰ ਦਾ ਮਿੱਠਾ, ਇੱਕ ਆਤਮਾ ਦਾ ਮਿੱਠਾ, ਦੋ ਇੱਕੋ ਜਿਹੇ ਹੁੰਦੇ ਨੇ, ਇੱਕ ਮਿੱਠਾ ਕੌੜਾ ਸੱਚ ਖੰਡਦਾ, ਇੱਕ ਮਿੱਠਾ ਕੌੜਾ ਝੂਠ ਖੰਡਦਾ, ਝੂਠ ਖੰਡਦਾ ਸੱਚ ਖੰਡਦਾ ਤੈਨੂੰ ਪਤਾ ਹੀ ਨਹੀਂ ਫਰਕ ਕੀ ਹੈ, ਸੱਚ ਖੰਡ ਦਾ ਪਤਾ ਹੋਵੇ ਤਾਂ ਗੱਲ ਸੱਚ ਖੰਡ ਦੀ ਹੈ ਗੁਰਬਾਣੀ, ਤੂੰ ਝੂਠ ਖੰਡ ਚ ਲਈ ਬੈਠਾ, ਇਹਨੂੰ ਝੂਠ ਖੰਡ ਦੇ ਵਿੱਚ ਦੀਆਂ ਗੱਲਾਂ ਨੂੰ ਕੀ ਦੱਸੇ, ਗਲਤ ਸਾਰੀਆਂ ਗਲਤ ਹੁੰਦੀਆਂ ਨੇ, ਝੂਠ ਖੰਡ ਦੀਆਂ ਗੱਲਾਂ ਸਾਰੀਆਂ ਗਲਤ ਹੁੰਦੀਆਂ ਨੇ, ਸੱਚ ਬੋਲਣ ਜਦ ਸੱਚ ਬੋਲਣਾ ਬਹੁਤ ਔਖਾ ਹੈ, ਸੱਚ ਕਦ ਬੋਲਦੇ ਹਾਂ ਅਸੀਂ ਸੱਚ, ਉਹ ਤਾਂ ਸਾਰਾ ਇਤਿਹਾਸ ਮੰਨਦਾ ਕਾਲਾ ਖਵਾਨਾ, ਜਿਹੜਾ ਆਦਮੀ ਇਤਿਹਾਸ ਮੰਨਦਾ ਉਹ ਸੱਚ ਬੋਲਣ ਜਾਣਦਾ ਹੀ ਨਹੀਂ ਹੈ, ਉਹ ਤਾਂ ਇਤਿਹਾਸ ਸਾਰਾ ਹੀ ਮੰਨਦਾ, ਜਿਹੜਾ ਮੰਨਦਾ ਇਤਿਹਾਸ ਸੱਚ ਕਿ ਨਾਨਕ ਫਲਾਣੇ ਥਾਂ ਜਨਮਿਆ ਸੀ, ਫਲਾਣੇ ਦਾ ਮੁੰਡਾ ਸੀ, ਇਹ ਗਲਤ ਹੈ, ਉਹ ਸੱਚ ਨੂੰ ਨਹੀਂ ਜਾਣ ਸਕਦਾ, ਸੱਚ ਨਹੀਂ ਜਾਣ ਸਕਦਾ, ਜਿਹੜਾ ਇਹ ਗੱਲ ਜਾਣਦਾ ਉਹ ਨਹੀਂ ਸੱਚ ਨੂੰ ਜਾਣ ਸਕਦਾ,
ਉਹਨੂੰ ਲੋੜ ਵੀ ਨਹੀਂ ਸੱਚ ਜਾਣਨ ਦੀ, ਉਹਨੂੰ ਇਹ ਜਾਣਨ ਦੀ ਲੋੜ ਹੈ ਤਰੀਕ ਕੀ ਸੀ, ਉਹਨੂੰ ਇਹੀ ਲੋੜ ਹੈ ਕੈਲੰਡਰ ਕਿਹੜਾ ਸੀ। ਇਹ ਝੂਠਖੰਡ ਦੇ ਵਾਸੀ ਨੇ ਸਾਰੇ, ਸੱਚਖੰਡ ਵਾਲਾ ਕੋਈ ਵੀ ਨਹੀਂ ਇਹਨਾਂ ਚ। ਕੀ ਲੈਣਾ ਤੁਸੀਂ ਕੈਲੰਡਰ ਝੂਠਖੰਡ ਦਾ, ਸੱਚਖੰਡ ਦੀ ਗੱਲ ਕਰੋ। ਜਨਮ ਸੱਚਖੰਡ ਚ ਹੋਣਾ, ਜਾ ਕੇ ਜਨਮ ਜਦ ਹੁੰਦਾ ਜਦ ਆਂਡੇ ਚੋਂ ਬੱਚਾ ਬਾਹਰ ਆ ਜਾਂਦਾ, ਫੁੱਟੋ ਆਂਡਾ ਭਰਮਕਾ ਮਨੇ ਪਿਆ ਪ੍ਰਗਾਸਾ। ਜਿੰਨਾ ਚਿਰ ਆਂਡੇ ਚੋਂ ਬੱਚਾ ਬਾਹਰ ਨਹੀਂ ਜਾਂਦਾ ਉਹਦਾ ਜਨਮ ਕਿਵੇਂ ਹੋਜੂ? ਤੁਸੀਂ ਇਹ ਰਾਮ ਗਰਭ ਦੇ ਵਿੱਚ ਜਨਮ ਕਰੀ ਬੈਠੇ ਹੋ, ਇਹਨਾਂ ਦੀ ਮਤਮਾਰੀ ਹੋਈ ਹੈ। ਇਹਨਾਂ ਨੂੰ ਕੀ ਪਤਾ ਜਨਮ ਕੀ ਹੁੰਦਾ? ਜਨਮ ਪਦਾਰਥ ਹੈ, ਜਿੱਦਾਂ ਨਾਨਕ ਨੇ ਖੱਟਿਆ, ਉਹ ਦੱਸੋ ਕਿੱਦਾਂ ਖੱਟਿਆ, ਕਿੰਨੇ ਵਜੇ ਦੇ ਦਿਨ ਦੇ, ਕਿਹੜਾ ਦਿਨ ਸੀ? ਜਾਂ ਨਾਨਕ ਸੱਚਖੰਡ ਪਹੁੰਚ ਗਿਆ ਨਾ ਜਾ ਕੇ, ਉਹ ਕਿਹੜਾ ਵੇਲਾ ਸੀ ਉਹ ਦੱਸ ਦੇਣ। ਉਹਦਾ ਨਾਨਕ ਨੂੰ ਪਤਾ, ਹੋਰ ਕਿਸੇ ਨੂੰ ਪਤਾ ਨਹੀਂ ਹੈ। ਉਹ ਦੱਸਦੇ ਨਹੀਂ ਹੁੰਦੇ, ਦੇਖਦੀ ਪ੍ਰਮਾਣ ਹੈ ਉਹ। ਉਹਦਾ ਕੋਈ ਸਬੂਤ ਨਹੀਂ ਦੱਸਣਗੀ, ਸੱਚ ਆਪਣੇ ਸਾਰੇ ਸਬੂਤ ਦਿੰਦਾ। ਸਬੂਤ ਉਹਦਾ ਇਹ ਹੈ ਵੀ ਜਾਗੇ ਜ਼ਰੂਰ ਨੇ ਉਹ, ਸੱਚਖੰਡ ਪਹੁੰਚ ਗਿਆ, ਬਾਣੀ ਪੜ੍ਹ ਲਓ। ਉਹਨਾਂ ਨੇ ਇਹ ਦੱਸਦਾ ਸੱਚਖੰਡ ਵਸੇ ਨਿਰੰਕਾਰ, ਜਿੱਦਣ ਇਹ ਗੱਲ ਕਹੀ ਉਹ ਸੱਚਖੰਡ ਗਏ ਨੇ, ਉੱਥੇ ਦੇਖ ਕੇ ਕਹਿ ਦਿੱਤਾ। ਜਿੱਦਣ ਇਹ ਗੱਲ ਕਹੀ ਹੈ ਨਾ ਸੱਚਖੰਡ ਵਸੇ ਨਿਰੰਕਾਰ, ਉਦੋਂ ਉਹਨੇ ਦੇਖਿਆ ਸੀ, ਉਦੋਂ ਕਹਿਤਾ। ਇਹ ਨੀ ਪਤਾ ਕਿੱਦਾਂ ਲਿਖੀ ਹੈ ਪੰਕਤੀ, ਇਹ ਨੀ ਪਤਾ। ਜਦ ਇਹ ਗੱਲ ਬੋਲਤੀ ਉਹਨਾਂ ਨੇ ਦੇਖ ਲਿਆ ਵੀ ਨਿਰਾਕਾਰ ਵਸਦੇ ਨੇ ਸਾਰੇ, ਤੇ ਭਗਤ ਵਸੇ ਤੇ ਕਹਿ ਲੋ, ਸਾਰੇ ਭਗਤ ਵਸਦੇ ਨੇ। ਉਦਣ ਲਿਖੀ ਹੈ ਸੱਚਖੰਡ ਦਾ ਜਦਣ ਜ਼ਿਕਰ ਕੀਤਾ, ਉਦੋਂ ਸੱਚਖੰਡ ਚੱਲਿਆ ਗਿਆ ਜ਼ਿਕਰ ਕਰਤਾ ਉੱਥੇ ਦਾ। ਸੋ ਬੋਲੇ ਜੋ ਪੇਖੇ ਜੋ ਅੱਖੀ ਦੇਖਿਆ ਦੱਸਦਾ ਉਦਣ, ਜਦ ਉਦਣ ਹੋਇਆ ਜਨਮ ਲੱਭ ਲਓ ਕਿੱਦਣ। ਜਾਬਾ ਦਾ ਵੇਟ ਕਰੀ ਜਾਂਦਾ, ਕੀ ਨਿਕਲੂ ਇਹਨਾਂ ਜੋ ਕੈਲੰਡਰਾਂ ਚ, ਤੁਹਾਨੂੰ ਕੀ ਲੈਣਾ ਇਹਨਾਂ ਤੋਂ? ਇਹ ਤਾਂ ਦੁਨਿਆਵੀ ਗੱਲਾਂ ਨੇ, ਸੰਸਾਰੀ ਗੱਲਾਂ ਨੇ। ਜਿਹੜਾ ਆਦਮੀ ਸੰਸਾਰੀ ਉਹ ਸਿੱਖ ਨਹੀਂ, ਬਾਣੀ ਗੁਰਬਾਣੀ ਤਾਂ ਸਿੱਖ ਨੂੰ ਸੰਸਾਰੀ ਰਹਿਣੇ ਨਹੀਂ ਦਿੰਦੀ। ਇਹ ਤਾਂ ਇੱਥੋਂ ਜੜ ਪੱਟਦੀ ਹੈ ਸੰਸਾਰ ਚ, ਇੱਧਰੋਂ ਪੱਟਣਾ ਉੱਧਰ ਲਾਉਣਾ। ਜਿਹੜਾ ਸੰਸਾਰ ਜੜ ਗੱਡੀ ਬੈਠਾ ਪੱਟਣੀ ਨਹੀਂ ਉਹਨੇ ਗੁਰਬਾਣੀ ਤੇ ਲੈਣਾ ਕੀ? ਉਹ ਤਾਂ ਪਾਗਲ ਹੈ, ਹੋਰ ਕੰਮ ਕਰੇ, ਕੋਈ ਹੋਰ ਕੰਮ ਕਰ ਲੈਣ। ਇਹਨਾਂ ਨੂੰ ਸਾਇੰਸਦਾਨ ਚੰਗੇ ਨੇ, ਆਏ ਮੁੰਡੇ ਚੰਗੇ ਨੇ ਜਿਹੜੇ ਮੈਸਾਂ ਦੇ ਟੀਕੇ ਲਾ ਕੇ ਦੁੱਧ ਬਹੁਤਾ ਪੈਦਾ ਕਰਦੇ ਨੇ, ਇਹੋ ਜਿਹਾ ਕੰਮ ਕਰ ਲੈਣ ਕੋਈ। ਮੈਸਾਂ ਦੀਆਂ ਨਸਲਾਂ ਸੁਧਾਰਦੇ ਨੇ, ਪਸ਼ੂਆਂ ਦੀਆਂ ਬੱਕਰੀਆਂ ਦੀਆਂ ਪੈਦਾਵਾਰ ਵਧਾਉਂਦੇ ਨੇ, ਉਹ ਚੰਗੇ ਨੇ। ਲੋਕ ਖਾਣ ਕੁਛ, ਕੋਈ ਕੰਮ ਦਾ ਕੰਮ ਕਰਨ, ਇਹ ਚ ਕੁਛ ਨੀ ਰੱਖਿਆ ਹੈ। ਟਾਈਮ ਵੇਸਟ ਨਾ ਕਰਨ ਆਪਣਾ, ਨਾ ਇਹਨਾਂ ਨੂੰ ਲਾਭ ਹੈ ਕੋਈ, ਨਾ ਹੋਰ ਕਿਸੇ ਨੂੰ ਲਾਭ ਹੈ। ਧਰਮ ਦੀ ਪੁੱਠੀ ਪੜ੍ਹਾਈ ਪੜ੍ਹਾਉਂਦੇ ਹੋ, ਨੁਕਸਾਨ ਹੈ ਇਹਦਾ, ਫਾਇਦਾ ਕੋਈ ਨਹੀਂ ਹੈ। ਹੋਰ ਕੋਈ ਕੰਮ ਕਰ ਲਓ, ਬਥੇਰੇ ਕੰਮ ਨੇ। ਸੰਸਾਰੀ ਕੰਮ ਕਰੋ ਜੀ, ਸੰਸਾਰ ਨੂੰ ਫਾਇਦਾ ਹੋਵੇ। ਕੋਈ ਡੀਜ਼ਲ ਦੇ ਥਾਂ ਹੋਰ ਚੀਜ਼ ਬਣਾ ਲਓ ਜਿਹੜੀ ਸਸਤੀ ਪਵੇ, ਲੋਕਾਂ ਨੂੰ ਫਾਇਦਾ ਹੋਵੇ। ਕਦੇ ਨਾ ਨੱਠੇ ਯੁੱਧ ਤੇ ਯੋਧੇ ਜੂਝਾਰੇ, ਕਦੇ ਨਾ ਨੱਠੇ ਯੁੱਧ, ਨੱਠੇ ਨਹੀਂ ਹਨ ਕਦੇ ਯੁੱਧ ਤੇ। ਇਹ ਅਗਲੇ ਨੂੰ ਮਨਾ ਕੇ ਇਹ ਮੰਨ ਕੇ, ਇਹ ਗੱਲ ਹੋਈ ਨਾ ਸਵਾਦ ਦੀ, ਯੋਧੇ ਤਾਂ ਲਿਖਿਆ ਇਹ ਰਾਖੀਆਂ ਨੂੰ ਯੋਧੇ ਲਿਖਿਆ। ਆ ਜਿਹੜੇ ਦੇਵਤਿਆਂ ਨੂੰ ਯੋਧੇ ਨਹੀਂ ਲਿਖਿਆ, ਕਿਤੇ ਵੀ ਦੇਵਤੇ ਭੱਜ ਜਾਂਦੇ ਨੇ ਇਹਨਾਂ ਤੋਂ ਡਰਦੇ। ਦੇਵਤੇ ਭੱਜਦੇ ਰਹੇ ਨੇ, ਅੱਜ ਤਾਈਂ ਕੋਈ ਰਾਖਸ਼ ਭੱਜਿਆ ਸਾਬਤ ਕਰ ਦੋ ਕਿਸੇ ਜੰਗ ਚੋਂ, ਕੋਈ ਰਾਖਸ਼ ਨਹੀਂ ਭੱਜਿਆ। ਭੱਜੇ ਹੋਏ ਸਰਦਾਰ ਨਹੀਂ ਕੋਈ ਭੱਜਿਆ, ਭੱਜੇ ਹੋਏ ਉਹਨਾਂ ਦੇ ਚੇਲੇ ਦਿਖਾਏ ਨੇ, ਚੇਲੇ ਚੇਲੇ ਤਾਂ ਹੁਣ ਚੇਲਿਆਂ ਨੂੰ ਤਾਂ ਗਿਆਨ ਨਹੀਂ ਹੁੰਦਾ ਨਾ, ਉਹ ਵੀ ਜਾ ਕੇ ਦੱਸਦੇ ਨੇ ਵੀ ਫਲਾਨਾ ਆਪਣਾ ਜਿਹੜਾ ਜਰਨੈਲ ਸੀ ਉਹ ਹਾਰ ਗਿਆ, ਹਾਰ ਕੇ ਘਰ ਨੂੰ ਨਹੀਂ, ਹਾਰ ਕੇ ਘਰ ਨੂੰ ਨਹੀਂ ਆਉਂਦੇ ਹੁੰਦੇ, ਹਾਰਿਆ ਨਹੀਂ ਘਰ ਨੂੰ ਆਉਂਦਾ ਹੁੰਦਾ, ਪਹਾੜਾਂ ਤੇ ਚਲਾ ਜਾਂਦਾ ਹੁੰਦਾ, ਫਿਰ ਹਾਰਿਆ ਘਰ ਨੂੰ ਆਉਂਦਾ ਹੁੰਦਾ, ਉਹ ਨਹੀਂ ਘਰ ਨੂੰ ਆਉਂਦਾ, ਉਹ ਤਾਂ ਉੱਧਰ ਰਲ ਜਾਂਦਾ ਹੁੰਦਾ ਜਾ ਕੇ, ਉਸੇ ਧੜੇ ਸ਼ਾਮਿਲ ਹੋ ਜਾਂਦਾ ਹਾਰਿਆ ਹੋਇਆ, ਫਿਰ ਉਹਨੇ ਘਰ ਨੂੰ ਕੀ ਕਰਨੇ ਉਹਨੇ, ਉਹਨਾਂ ਦਾ ਤਾਂ ਰਿਹਾ ਨਾ ਬਣ ਗਿਆ, ਉਹ ਤਾਂ ਦੂਏ ਧੜੇ ਚ ਹੋ ਗਿਆ, ਉਹ ਕਹਿੰਦਾ ਉਹ ਤਾਂ ਉੱਧਰ ਰਲ ਗਿਆ ਜਾ ਕੇ। ਉਹ ਜਿਵੇਂ ਆਇਆ ਸੀ ਨਾ ਇੱਕ ਉਹ ਮੁਸਲਮਾਨ ਗੁਰੂ ਸਾਹਿਬ ਦਾ ਦਰਸ਼ਨ ਕਰਕੇ, ਕਹਿੰਦੇ ਚਲਿਆ ਗਿਆ ਪਹਾੜਾਂ ਨੂੰ, ਆਇਆ ਨਹੀਂ ਪਿੱਛੇ ਮੁੜ ਕੇ, ਐਂ ਚਲੇ ਜਾਂਦੇ ਹੁੰਦੇ ਨੇ।
ਕਦੇ ਨਾ ਨੱਠੇ ਜੁੱਧ ਤੇ ਜੋਧੇ ਜੁਝਾਰੇ, ਕਦੇ ਨਾ ਨੱਠੇ, ਕਦੇ ਲਫ਼ਜ਼ ਵਰਤਿਆ, ਇੰਪੋਰਟੈਂਟ ਗੱਲ ਹੈ, ਕਦੇ ਨਾ ਨੱਠੇ ਜੁੱਧ ਤੇ। ਇਹ ਜਿਹੜੇ ਨਾ ਮੰਨਣ ਵਾਲੇ ਨੇ ਨਾ, ਜਿਹੜੇ ਨਾ ਮੰਨਣ ਵਾਲੇ ਨੇ ਸਿਆਣੇ ਬੰਦੇ, ਉਹ ਗੁਰਬਾਣੀ ਨੂੰ ਮੰਨ ਲੈਂਦੇ ਹੁੰਦੇ ਨੇ। ਇਹ ਦੇਵਤੇ ਭਾਵੇਂ ਨਾ ਮੰਨਣ, ਇਹ ਉੱਤੋਂ ਉੱਤੋਂ ਮੰਨ ਲੈਂਦੇ ਹੁੰਦੇ, ਅੰਦਰੋਂ ਨਹੀਂ ਮੰਨਦੇ ਹੁੰਦੇ, ਇਹ ਘੇਸ ਵੱਟ ਲੈਂਦੇ ਨੇ। ਜੋਧੇ ਜੁਝਾਰੇ, ਦਿਲ ਵਿੱਚ ਰੋਹ ਵਢਾ ਕੇ ਮਾਰ ਮਾਰ ਪੁਕਾਰੇ, ਅੱਗੋਂ ਮਾਰ ਮਾਰ ਪੁਕਾਰਦੇ ਨੇ। ਉਹਨਾਂ ਚਿਰ ਨਹੀਂ ਮੰਨਦੇ ਜਿੰਨਾ ਚਿਰ ਇਹਨਾਂ ਕੋਲ ਕੁਛ ਹੈਗਾ, ਇਹਨਾਂ ਦੇ ਜਿੰਨਾ ਚਿਰ ਸਵਾਲ ਖਤਮ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਮਰਦੇ, ਜਿੰਨਾ ਚਿਰ ਤਸੱਲੀ ਨਹੀਂ ਹੋ ਜਾਂਦੀ ਉਹਨਾਂ ਚਿਰ ਨਹੀਂ ਮਰਦੇ, ਉਹਨਾਂ ਚਿਰ ਮੰਨਦੇ ਨਹੀਂ। ਇਹ ਤਾਂ ਸਾਰਾ ਹੀ ਝੂਠ ਲੈ ਕੇ ਦੇਵਤੇ ਮੰਨ ਲੈਂਦੇ ਨੇ, ਗੁਰਬਾਣੀ ਨੂੰ ਸਾਰੇ ਹੀ ਮੱਥਾ ਟੇਕੀ ਜਾਂਦੇ ਨੇ, ਸਿੱਖ ਮੰਨਦਾ ਕੋਈ ਵੀ ਨਹੀਂ। ਇਹ ਤਾਂ ਉਹ ਨੇ ਮਨ ਵਿੱਚ ਹੋਰ ਹੈ, ਮੁੱਖ ਚ ਹੋਰ ਹੈ, ਜਿਨ ਮਨ ਹੋਰ ਮੁੱਖ ਹੋਰ ਸਿੱਖੇ ਕੱਚੇ, ਉਹ ਨਹੀਂ ਕਰਦੇ ਤੂੰ। ਇਹ ਤਾਂ ਮੰਨਦੇ ਨਹੀਂ, ਇਹ ਮੰਨਦੇ ਨੇ ਫਿਰ ਦਿਲੋਂ ਮੰਨਦੇ ਨੇ ਬਸ। ਇਸ ਕਰਕੇ ਯੋਧੇ ਜੁਝਾਰੇ ਕਿਹਾ। ਉਹ ਲੋਕ ਦੇਵਤਿਆਂ ਨੂੰ ਹਜ਼ਾਰ ਗੁਣਾ ਚੰਗੇ ਨੇ ਜਿਹੜੇ ਗੁਰਮਤਿ ਦੀ ਖਿਲਾਫਤ ਕਰਦੇ ਨੇ, ਪਰ ਉਹਨਾਂ ਨੂੰ ਕੋਈ ਮਨਾਉਣ ਵਾਲਾ ਨਹੀਂ ਹੈ। ਇਹਨਾਂ ਦਾ ਕਰਤਾਰ ਦੇਖ ਕੇ ਖਿਲਾਫਤ ਕਰਦੇ ਨੇ ਜਿਹੜੇ ਦੇਵਤੇ ਬਣੇ ਕਹਾਉਂਦੇ ਨੇ ਆਪਣੇ ਆਪ ਨੂੰ ਗੁਰਦੁਆਰੇ ਜਿਹੜੇ ਬੈਠੇ ਨੇ, ਕਿਰਪਾਨਾ ਪਾ ਕੇ ਦਾੜੀਆਂ ਰੱਖ ਕੇ ਦੇਸੀ ਘਿਓ ਲਾਉਂਦੇ ਨੇ ਰੋਜ਼, ਕੋਈ ਦੇਖ ਚ ਘਿਓ ਹੁੰਦਾ ਨਾ ਫਰੀ ਦਾ, ਇਹਨਾਂ ਦਾ ਕਰਤਾਰ ਦੇਖ ਕੇ ਪਿਛੜ ਗਏ ਸਿੱਖੀ ਦੇ। ਤੇ ਸਿੱਖੀ ਦਾ ਗਿਆਨ ਇਹਨਾਂ ਨੂੰ ਨੀ, ਇਹਨਾਂ ਨੇ ਕਰਾਉਣਾ ਸੀ, ਇਹਨਾਂ ਨੇ ਕਰਾਇਆ ਹੈ ਨੀ, ਤੇ ਉਹ ਕਹਿੰਦੇ ਨੇ ਗੁਰਮਤਿ ਦੇ ਵਿੱਚ ਕੋਈ ਸ਼ਕਤੀ ਹੋਈ ਨੀ। ਸ਼ਕਤੀ ਕਿੱਥੋਂ ਮੰਨਣਾ, ਸ਼ਕਤੀ ਤੁਹਾਡਾ ਨਾਸ ਨਾ ਕਰ ਦੇਵੇ ਜੇ ਸ਼ਕਤੀ ਹੋਵੇ ਗੁਰਦੁਆਰੇ ਚ, ਤੁਹਾਡਾ ਝੂਠਿਆਂ ਦਾ ਬੇੜਾ ਕਰਕੇ ਉਹਨਾਂ ਕਰ ਦੇਵੇ ਅੰਮ੍ਰਿਤ ਸਾਰੇ, ਜੇ ਉਹਦੀ ਸ਼ਕਤੀ ਹੋਵੇ, ਸ਼ਕਤੀ ਨੀ ਹੈ ਕੋਈ, ਹੁੰਦੀ ਓ ਨੀ, ਇਹ ਤੁਹਾਡੇ ਭਰਮ ਪਾਏ ਹੋਏ ਨੇ। ਪਹਿਲਾਂ ਜਿਹੜੇ ਉੱਥੇ ਗੋਰਖਾਂ ਦੇ ਚੋਰ ਬੜੇ ਹੋਏ ਨੇ, ਗੁਰਮਤਿ ਦਾ ਪ੍ਰਚਾਰ ਨਹੀਂ ਹੋਣ ਦਿੰਦੇ, ਪਹਿਲਾਂ ਤਾਂ ਜੀ ਨੇ ਪੰਚਮ ਪਾਤਸ਼ਾਹ ਨੂੰ ਕੱਢਿਆ, ਉਹਦਾ ਨਾਸ ਹੁੰਦਾ ਹੋਇਆ ਹੀ ਨਹੀਂ, ਉਹਦਾ ਨਾਸ ਪੰਜਵੇਂ ਪਾਤਸ਼ਾਹ ਨੂੰ ਕੱਢਿਆ ਧੀਰਮਲ ਨੇ, ਉਹਦਾ ਨਾਸ ਹੋ ਗਿਆ। ਕਿਉਂ ਤੁਸੀਂ ਝੂਠ ਬੋਲਦੇ ਹੋ ਵੀ ਐਂ ਹੋਜੂ ਐਂ ਹੋਜੂ, ਕੁਛ ਨਹੀਂ ਹੁੰਦਾ ਹੈਗਾ, ਇਹ ਸਭ ਭਾਣੇ ਚ ਹੁੰਦਾ, ਨਿਰਾ ਝੂਠ ਦੇ ਖੜਾ ਇਹਨਾਂ ਦਾ ਸਭ ਕੁਛ, ਕਿ ਧੀਰਮਲ ਦਾ ਨਾਸ ਕਿਉਂ ਨਾ ਹੋ ਗਿਆ ਬਈ, ਪ੍ਰਿਥੀ ਦਾ ਨਾਸ ਕਿਉਂ ਨਾ ਹੋ ਗਿਆ, ਰਾਮ ਰਈਆ ਦਾ ਨਾਸ ਕਿਉਂ ਨਾ ਹੋ ਗਿਆ, ਨਾਸ ਹੋ ਗਿਆ ਤੁਹਾਨੂੰ ਨੀ ਸਿੰਘ ਦਾ ਨਾਸ ਕੀ ਹੋਇਆ, ਤੁਹਾਡੇ ਵਾਲਾ ਨੀ ਹੋਇਆ, ਨਾਸ ਤਾਂ ਬਹੁਤ ਬੁਰਾ ਹੋ ਗਿਆ, ਪਰ ਜਿਹੋ ਜਿਹਾ ਤੁਸੀਂ ਸਮਝਦੇ ਹੋ ਜਿਹਾ ਨੀ ਹੋਇਆ, ਸੰਸਾਰ ਵਰਗਾ ਨਾ ਬੁੱਧ ਦਾ ਨਾਸ ਉਹਨਾਂ ਦੀ ਹੋ ਗਿਆ। ਮਾਇਆ ਜ਼ਿਆਦਾ ਆ ਜਾਣੀ ਨਾਸ ਹੋਣਾ ਹੀ ਹੈ, ਮਾਇਆ ਜ਼ਿਆਦਾ ਤਰੱਕੀ ਹੋ ਜਾਣੀ ਨਾਸ ਹੋਣਾ ਹੀ ਹੈ, ਪਰ ਅਸੀਂ ਕਹਿੰਦੇ ਹਾਂ ਇਹ ਤੇ ਬੜੀ ਕਿਰਪਾ, ਜਿੰਨਾ ਬੜਾ ਹੋ ਗਿਆ ਨਾਸ ਹੋਣਾ ਹੀ ਹੈ, ਜੇ ਰਾਜ ਮਿਲ ਗਿਆ ਨਾਸ ਹੋ ਗਿਆ, ਦੋਹਾਂ ਪੱਖਾਂ ਤੋਂ ਰਣਜੀਤ ਸਿੰਘ ਦਾ ਇੱਥੇ ਵੀ ਹੋ ਗਿਆ ਉੱਥੇ ਵੀ ਹੋ ਗਿਆ, ਉੱਥੇ ਤਾਂ ਹੋਇਆ ਗਿਆ ਸੀ ਪਹਿਲਾਂ ਹੀ, ਜੇ ਦੁਨੀਦਾਰ ਹੋ ਗਿਆ ਗੜ ਸੰਗੜ ਘਾਤੀ ਚਲਾਇਆ ਵੀ ਉਹਦੇ ਨਾਲ ਵੱਡਾ ਹੋਇਆ, ਗੜ ਸੰਗੜ ਘਾਤੀ ਚਲਾਇਆ, ਸੰਗੜ ਉਹਦੇ ਪੈਂਦਾ ਨਹੀਂ, ਜੰਜੀਰੇ ਪੈਂਦੀ ਹੈ ਹਲਕੀ ਜੀ, ਜਿਹੜਾ ਵੱਡਾ ਦੁਨੀਦਾਰ ਕਰਤਾ ਨਾ ਇਹ ਵੀ ਦਾਤ ਤੇਰੀ ਦਤਾਰ ਵਾਲਾ, ਉਹ ਸੰਗੜ ਵੀ ਉਸਦੇ ਪੈਣੇ, ਨਵਾਂ ਬਣਨਾ ਉਹਦੇ ਵਾਸਤੇ, ਫਿਰ ਉਹਦੇ ਹਿਸਾਬ ਦਾ ਬਣਨਾ ਨਾ ਸੰਗੜ, ਤੋੜ ਦੂਗਾ ਉਹ ਗਲ ਸੰਗੜ ਘੱਤ ਚਲਾਇਆ ਨੀ, ਪਤਾ ਇਹਨਾਂ ਨੂੰ, ਇਹ ਦਾਤ ਤੇਰੀ ਦਤਾਰ ਦਾ ਹੀ ਪਤਾ, ਸੰਗੜ ਦੇਖੋ ਨਿਗਾਹ ਰੱਖੋ ਸੰਗੜ ਚ, ਗੁਰਮੁਖ ਸੰਗੜ ਚ ਨਿਗਾਹ ਰੱਖਦੇ ਨੇ, ਇਹ ਦਾਤਾਂ ਚ ਨਿਗਾਹ ਰੱਖਦੇ ਨੇ, ਜਿਹੜਾ ਮਾਇਆ ਚ ਨਗਾ ਰੱਖੂਗਾ ਉਹ ਮਾਰਿਆ ਗਿਆ, ਉਹ ਲੰਮੀ ਨਜ਼ਰ ਨਹੀਂ ਹੈ, ਦੇ ਲੰਮੀ ਨਜ਼ਰ ਨਿਹਾਲੀ ਹੈ, ਨਿਹਾਲੀ ਹੈ, ਉਹ ਸੰਗੜ ਚ ਨਗਾ ਰੱਖੋ, ਤੁਸੀਂ ਚੋਗੇ ਚ ਨਗਾ ਰੱਖਦੇ, ਜਾਲ ਚ ਨਗਾ ਨਹੀਂ ਹੈ, ਚੋਗੇ ਚ ਨਗਾ, ਇਹਦਾ ਚੋਗਾ ਹੈ ਪਾਇਆ ਹੋਇਆ, ਮਾਇਆ ਤਾਂ ਚੋਗਾ ਹੈ, ਜਿਹੜਾ ਫਸ ਗਿਆ ਉਹਦੇ ਖਾਤਰ ਫਿਰ ਛੁਰੀ ਹੈ। ਹਾਂਜੀ, ਮਾਰੇ ਚੰਡ ਪ੍ਰਚੰਡ ਵੀਰ ਖੇਰ ਖੇਤ ਉਤਾਰੇ, ਚੰਡ ਪ੍ਰਚੰਡ ਪ੍ਰਚੰਡ ਲਫ਼ਜ਼ ਆ ਗਿਆ ਨਾਲ ਚੰਡ ਦੇ, ਪ੍ਰਚੰਡ ਦਾ ਮਤਲਬ ਹੈ ਗਿਆਨ, ਪ੍ਰਚੰਡ ਪ੍ਰਚੰਡ ਗਿਆਨ ਵਾਲੀ ਚੰਡੀ ਨੇ, ਬੁੱਧੀ ਨੇ,
वीर खेत उतारे ज्ञान खंड में ज्ञान प्रचंड जेडे ज्ञान खंड विच जेडी रही सी जिन्हें शब्द विचार रखिया सी संसार नू भुल के 24 घंटे जी अंदर शब्द विचार चलिया सी ता ज्ञान प्रचंड होया सी इक खिन तिस बिन जीवना बिरथा जन्म जना और ए नहीं सी वी पंज बाणियां दा पाठ कर लो या ढाई घड़ियां दे दो संतां दीआं संत इक प्रचंड ज्ञान वाला दिखा दो केड़ा या इन्हां ने केड़ा कीता ए सब ठग ने ऐ जे सस्ते ज्ञान नाल नहीं गल बनदी है ए जी सस्ती सिक्खी नहीं है ए प्रचंड ज्ञान वाला कड्डो केड़ा कड्डदे पता जान लगू जान सामने आउणगे सामने ही आए हुए ने आमना सामना होया होया है गुरुआं दे आमना सामना भी हुंदा रहा है हुंदा नहीं रहा आमना होते रहे ने लोग आते रहे ने भगतां नाल आमना सामना हुंदा रहा है कबीर नाल आमना सामना हुंदा रहा है आमना सामना हरेक नाल हुंदा है जद ज्ञान पैदा हुंदा आमना सामना हुंदा ही रहिंदा हुंदा आपां की करन जांदे सी सेमिनारां च इन्हां दा देखण आमना सामना नहीं करन जांदे ਇਹਨਾਂ ਦਾ ਤੋਰਨ ਜਾਂਦੇ ਤੇ ਵੀ ਇਹ ਕਿੱਥੇ ਕਿੰਨੇ ਕੁ ਜੋਗੇ ਨੇ ਇਹਨਾਂ ਚ ਵੀ ਕੋਈ ਗੁਰਮੁਖ ਵੀ ਹੈ ਸਾਰੇ ਉਹੋ ਜਿਹੇ ਹੀ ਨੇ ਦੇਖ ਲੈ ਸਾਰੇ ਉਹੋ ਜਿਹੇ ਹੀ ਨੇ ਕੁਛ ਨੀ ਹੈ ਇਹਨਾਂ ਕੋਲ ਕੁਛ ਹੈ ਹੀ ਨੀ ਇਹਨਾਂ ਕੋਲ ਜਿਹੜਾ ਹੋਊ ਸਾਡੇ ਨਾਲ ਖੜਾ ਜਿਹਦੇ ਕੋਲ ਹੋਊ ਉਹਦਾ ਸਾਡੇ ਨਾਲ ਖੜਾ ਹੈ ਉਹ ਤਾਂ ਕੀ ਖਤਰਾ ਆਪਾਂ ਨੂੰ ਉਹ ਤਾਂ ਕੋਈ ਕੰਨ ਚ ਗੱਲ ਦੱਸੂ ਹੋਰ ਚੰਗੀ ਉਹ ਤਾਂ ਕੋਈ ਨਵਾਂ ਹਥਿਆਰ ਫੜਾਊ ਵਿਆਹ ਲੈ ਲਓ ਆਹ ਵੀ ਚਲਾ ਲਿਆ ਕਰੋ ਜੇ ਕੋਈ ਉਹਨੇ ਨਵਾਂ ਹਥਿਆਰ ਬਣਾਇਆ ਹੈ ਨਵੀਂ ਖੋਜ ਆ ਤੇ ਕੋਈ ਦੱਸਵਾਂ ਉਹ ਦਊ ਸਾਨੂੰ ਇਹ ਆਪ ਆਊ ਮੂਹਰੇ ਬਰਾਬਰ ਖੜਾ ਹੋਊਗਾ ਲੜਨ ਨੂੰ ਸੱਚ ਦੀ ਲੜਾਈ ਹੈ ਕੋਈ ਬਰਾਬਰ ਆ ਕੇ ਲੜੋ ਕੋਈ ਮਨਾ ਕਿਸੇ ਨੂੰ ਮਨਾ ਤਾਂ ਨਹੀਂ ਹੈ ਕੋਈ ਲੜੋ ਆ ਕੇ ਸੱਚ ਦੀ ਲੜਾਈ ਹੈ ਹਾਂਜੀ ਮਾਰੇ ਚੰਡ ਪ੍ਰਚੰਡਣਾ ਵੀਰ ਖੇਤ ਉਤਾਰੇ ਮਾਰੇ ਚੰਡ ਪ੍ਰਚੰਡ ਨੇ ਵੀਰ ਖੇਤ ਉਤਾਰੇ ਐ ਖੇਤ ਚੋ ਪਾਰ ਉਤਾਰਤੇ ਮਰੇ ਨੇ ਜਿਹੜੇ ਵੀਰ ਜਿਹੜੇ ਵੀਰ ਮਰੇ ਵੀਰੇ ਮਰਦਾ ਹੁੰਦਾ ਜਿਹਨੇ ਮੰਡ ਕਬੂਲ ਕੀਤਾ ਕਾਲ ਮਰਦੀ ਕਾਲੀ ਉਹ ਵੀ ਮਰਦਾ ਨੀ ਕਾਲ ਕਾਲੀ ਹੈ ਜੇ ਛੱਡਤਾ ਸੰਸਾਰੇ ਛੱਡਤਾ ਉਹਨਾਂ ਨੇ ਜੇ ਮੰਨੇ ਤਾਂ ਇਹ ਜੇ ਮੰਨੇ ਬਸ ਸੰਸਾਰ ਛੱਡਤਾ ਮਾਰੇ ਜਾਪਣ ਬਿਜਲੀ ਸਿਰ ਭਾਰ ਮਨਾਰੇ ਮਾਰੇ ਜਾਪਣ ਬਿਜਲੀ ਸਿਰ ਭਾਰ ਮਨਾਰੇ ਜਿਵੇਂ ਬਿਜਲੀ ਪੈ ਜਾਂਦੀ ਹੈ ਨਾ ਬੜੇ ਮਨਾਰਿਆਂ ਤੇ ਬਿਲਡਿੰਗਾਂ ਤੇ ਸਿਰ ਭਾਰ ਹੋ ਜਾਂਦੇ ਨੇ ਥੱਲੇ ਰੁੜੇ ਪੈਂਦੇ ਨੇ ਐ ਮਾਰੇ ਬਿਜਲੀ ਪੈਂਦੀ ਹੈ ਮਕਾਨਾਂ ਤੇ ਡਿੱਗ ਜਾਂਦੇ ਨੇ ਨਾ ਬੜੇ ਬੜੇ ਮਨਾਰੇ ਉੱਚੇ ਜਿਹੜੇ ਬਹੁਤ ਉੱਚ ਕੋਟੀ ਦੇ ਗਿਆਨਵਾਨ ਕਹਾਉਂਦੇ ਤੇ ਵਰਲਡ ਵਿੱਚ ਸੰਸਾਰ ਵਿੱਚ ਐ ਡਿੱਗਬੇ ਜਿਵੇਂ ਬਿਜਲੀ ਚਮਕੀ ਯਾਰ ਥੱਲੇ ਡਿੱਗਿਆ ਉਹ ਮਲਬਾ ਜਿਹਾ ਨਹੀਂ ਨਾ ਚਮਕਦੇ ਸਾਰੇ ਵੀ ਮਲਬਾ ਪਿਆ ਮਲਬਾ ਬਣ ਕੇ ਡਿੱਪੇ ਕਹਿੰਦੀ ਸਰੀਰ ਸਰੀਰ ਰਹਿ ਗਿਆ ਆਤਮਾ ਖਤਮ ਸਰੀਰ ਨੂੰ ਵੱਖ ਹੋ ਗਏ ਉਹ ਮਿੱਟੀ ਰਹਿ ਗਈ ਮਲਬਾ ਕਹਿੰਦੇ ਸਰੀਰ ਤਾਂ ਭਾਈ ਮਲਬਾ ਹੁੰਦਾ ਆਪੇ ਕਹਿਣ ਲੱਗ ਗਏ ਜਿਹੜੇ ਸਰੀਰ ਨੂੰ ਸੱਚ ਕਰ ਕੇ ਮੰਨੀ ਬੈਠੇ ਤੇ ਸੰਸਾਰ ਨੂੰ ਕਹਿੰਦੇ ਨਹੀਂ ਝੂਠ ਹੈ ਸਭ ਹੁਣ ਸਾਨੂੰ ਪਤਾ ਲੱਗਿਆ ਝੂਠ ਹੈ ਠੀਕ ਹੈ ਜਾਂ ਪਤਾ ਲੱਗਿਆ ਜਦ ਮੰਨ ਗਏ ਪਤਾ ਲੱਗ ਗਿਆ ਜਦ ਮੰਨ ਗਏ ਪਤਾ ਲੱਗੇ ਤੋਂ ਜਿਹੜਾ ਮੰਨ ਜਾਓ ਵੀ ਸੂਰਮਾ ਉਹਨੂੰ ਸੂਰਮਾ ਕਹਿ ਰਹੇ ਨੇ ਜਿਹੜਾ ਪਤਾ ਲੱਗੇ ਤੋਂ ਮੰਨ ਜਾਵੇ ਜਿਹੜਾ ਪਤਾ ਲੱਗੇ ਤੋਂ ਬਿਨਾ ਮੰਨੇ ਉਹ ਨਿੰਦਕ ਹੈ ਫਿਰ ਉਹ ਸਾਖਤ ਹੈ ਸ਼ਰੀਕ ਖੁਦਾ ਹੈ ਉਹ ਸਾਖਤ ਹੈ ਪੌੜੀ ਸਾਖਤ ਹੈ ਕਾਲੀ ਕਮਰੀ ਧੋਏ ਹੋਏ ਨਾ ਸੇਤ ਉਹ ਨੀ ਚਿੱਟਾ ਹੁੰਦਾ ਹੁੰਦਾ ਜਿਹੜੀ ਕਮਲੀ ਉਹ ਕਾਲੀ ਹੈ ਨਾ ਕਾਲੇ ਵਾਲਾ ਕੋਈ ਬਣੀ ਹੋਈ ਹੈ ਉਹ ਚਿੱਟੀ ਹੁੰਦੀ ਤੋਂ ਇੱਥੇ ਉਹ ਤਾਂ ਨਹੀਂ ਅਸਰ ਪੈਂਦਾ ਕੋਈ ਹਾਂਜੀ